गल यह है कि अज मैं फिर वायरल होने की लोड़ पै रही है। वायरल हो इस करके हो रहा है कि किसी गल के चक्कर बिना गल तो नहंगा के नाल मेरा ना कड़ीसा जा रहा है, जिस गल नाल मेरा कोई संबंध नहीं। मैं सारे पत्रकार भरावों नूं हथ बन के बेनती करता कि मेरा इस गल नाल ना कोई लैन देन है ना कोई संबंध है। असी 5 अगस्त नूं दिल्ली गए सीगे, मेरा जो कि करीबी रिश्तेदार भी है दोस्त भी है सुखविंदर सिंह गरेया, मेरा एक काम MSA दस्सिया होया। मैं उन्हूं हर वेली जदों असीं मिलदे सी उन्हूं कहिंदा वी भाई मेरा काम करा। इक दिन साडी सलाह बणी, उह कहिंदा वी तुसीं कल दिल्ली आ जाओ, मैं दिल्ली हाँ आपां उत्थे गल करदे हां। असीं इत्थों दिल्ली चले गए। दिल्ली जाण नाल जदों सानूं सिंघू बार्डर 'ते ਇਹ ਵੀ ਮਿਲ ਗਿਆ ਅਮਨ ਸਿੰਘ ਨਿਹੰਗ ਵੀ, ਅਸੀਂ ਉਹਨੂੰ ਕਿਹਾ ਵੀ ਅਸੀਂ ਮੰਤਰੀ ਮਿਲਣ ਜਾ ਰਹੇ ਹਾਂ, ਇਹ ਵੀ ਸਾਡੇ ਨਾਲ ਚਲਾ ਗਿਆ। ਸੁਖਵਿੰਦਰ ਗਰੇਵਾਲ ਦੇ ਆਪਸ 'ਚ ਮਿਲੇ, ਅਸੀਂ ਸਿੱਧਾ ਮੰਤਰੀ, ਮੈਨੂੰ ਨਹੀਂ ਪਤਾ ਕੌਣ ਆ, ਮੰਤਰੀ ਦੀ ਕੋਠੀ ਚਲੇ ਗਏ। ਉੱਥੇ ਅਸੀਂ ਰੋਟੀ ਖਾਧੀ ਹੈ। ਰੋਟੀ ਖਾਣ ਤੋਂ ਬਾਅਦ ਸੁਖਵਿੰਦਰ ਅਤੇ ਅਮਨ ਇਹ ਬਹਿ ਰਹੇ ਇਕੱਠੇ, ਅਸੀਂ ਅਲੱਗ ਹੋ ਗਏ। ਉੱਥੋਂ ਅਸੀਂ ਵਾਪਸ ਚੁੱਪ ਕਰਕੇ ਚੰਡੀਗੜ੍ਹ ਨੂੰ ਆ ਗਏ। ਇਹ ਉੱਥੇ ਸੁਖਵਿੰਦਰ ਵੀ ਸੀਗਾ ਅਤੇ ਉਹ ਵੀ ਉੱਥੇ ਹੀ ਸੀਗਾ। ਅਸੀਂ ਵਾਪਸ ਆ ਗਏ। ਇੰਨਾ ਮੇਰਾ ਉਹਦੇ ਗੱਲ ਦਾ ਰੋਲ ਹੈ। 5 ਅਗਸਤ ਨੂੰ ਮੈਂ ਉੱਥੇ ਗਿਆ। ਅਮਨ ਨੂੰ ਮੈਂ ਪੁਰਾਣਾ ਜਾਣਦਾ ਸੀਗਾ, ਜਾਣਦਾ ਸੀ ਤਾਂ ਚਲੋ ਗਰਿਆ ਅਤੇ ਮੈਂ ਆਪਸ ਦੂਜੇ ਚੌਥੇ ਦਿਨ ਅਸੀਂ ਮਿਲਦੇ ਰਹਿੰਦੇ ਹਾਂ। ਮੇਰੇ ਸਾਰੇ ਕੇਸ ਬਾਰੇ ਹਾਲਾਤ ਬਾਰੇ ਉਹਨੂੰ ਪਤਾ ਸੀ, ਜੋ ਕਿ ਅਸੀਂ ਮੰਤਰੀ ਨੂੰ ਦੱਸਿਆ ਵੀ ਆਹ ਕੰਮ ਹੈ, ਉਹਨਾਂ ਨੇ ਅੱਗੇ MSA 'ਚ ਗੱਲ ਵੀ ਕੀਤੀ। ਆਹ ਕਹਾਣੀ ਹੈ। ਇਸ ਤੋਂ ਇਹਨੂੰ ਜੋ ਰੰਗਤ ਕੋਈ ਦੇ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕਿਰਪਾ ਕਰਕੇ ਦੋ ਹੱਥ ਬੰਨ ਕੇ ਬੇਨਤੀ ਹੈ ਕਿ ਮੇਰੇ ਖਿਲਾਫ਼ ਜੇ ਕੋਈ ਇੱਦਾਂ ਬੋਲੇਗਾ ਤਾਂ ਮੈਂ ਉਹਦੇ ਖਿਲਾਫ਼ ਕੋਰਟ 'ਚ ਜਾਊਂਗਾ। ਠੀਕ ਹੈ, ਮੇਰਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ, ਔਰ ਮੈਨੂੰ ਇਸ ਗੱਲ 'ਚ ਘੜੀਸਿਆ ਨਾ ਜਾਵੇ। ਮੈਂ ਇਹਦੀ ਪੂਰੀ ਘੋਖ ਕਰ ਰਿਹਾ, ਘੋਖ ਕਰਕੇ ਵਿਦ ਇਨ 4 ਜਾਂ 5 ਡੇਜ਼ ਮੈਂ ਉਹਦਾ ਸਾਰਾ ਤੱਥ ਕੱਢ ਕੇ ਦੱਸਾਂ। ਗੱਲ ਇਹ ਹੈ ਕਿ ਅੱਜ ਮੈਨੂੰ ਫਿਰ ਵਾਇਰਲ ਹੋਣ ਦੀ ਲੋੜ ਪੈ ਰਹੀ ਹੈ। ਵਾਇਰਲ ਹੋਏ ਇਸ ਕਰਕੇ ਹੋ ਰਿਹਾ ਕਿ ਕਿਸੇ ਗੱਲ ਦੇ ਚੱਕਰ 'ਚ ਬਿਨਾਂ ਗੱਲ ਤੋਂ ਨਿਹੰਗਾਂ ਦੇ ਨਾਲ ਮੇਰਾ ਨਾ ਕੜੀਸਾ ਜਾ ਰਿਹਾ, ਜਿਸ ਗੱਲ ਨਾਲ ਮੇਰਾ ਕੋਈ ਸੰਬੰਧ ਨਹੀਂ। ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੇਰਾ ਇਸ ਗੱਲ ਨਾਲ ਨਾ ਕੋਈ ਲੈਣ ਦੇਣ ਹੈ ਨਾ ਕੋਈ ਸੰਬੰਧ ਹੈ। ਅਸੀਂ 5 ਅਗਸਤ ਨੂੰ ਦਿੱਲੀ ਗਏ ਸੀਗੇ, ਮੇਰਾ ਜੋ ਕਿ ਕਰੀਬੀ ਰਿਸ਼ਤੇਦਾਰ ਵੀ ਹੈ ਦੋਸਤ ਵੀ ਹੈ ਸੁਖਵਿੰਦਰ ਸਿੰਘ ਗਰੇਵਾਲ, ਮੇਰਾ ਇੱਕ ਕੰਮ MSA 'ਚ ਦੱਸਿਆ ਹੋਇਆ। ਮੈਂ ਉਹਨੂੰ ਹਰ ਵਾਰੀ ਜਦੋਂ ਅਸੀਂ ਮਿਲਦੇ ਸੀ ਉਹਨੂੰ ਕਹਿੰਦਾ ਵੀ ਭਾਈ ਮੇਰਾ ਕੰਮ ਕਰਾ। ਇੱਕ ਦਿਨ ਸਾਡੀ ਸਲਾਹ ਬਣੀ, ਉਹ ਕਹਿੰਦਾ ਵੀ ਤੁਸੀਂ ਕੱਲ੍ਹ ਦਿੱਲੀ ਆ ਜਾਓ, ਮੈਂ ਦਿੱਲੀ ਹਾਂ ਆਪਾਂ ਉੱਥੇ ਗੱਲ ਕਰਦੇ ਹਾਂ। ਅਸੀਂ ਇੱਥੋਂ ਦਿੱਲੀ ਚਲੇ ਗਏ। ਦਿੱਲੀ ਜਾਣ ਨਾਲ ਜਦੋਂ ਸਾਨੂੰ ਸਿੰਘੂ ਬਾਰਡਰ 'ਤੇ ਇਹ ਵੀ ਮਿਲ ਗਿਆ ਅਮਨ ਸਿੰਘ ਨਿਹੰਗ ਵੀ, ਅਸੀਂ ਉਹਨੂੰ ਕਿਹਾ ਵੀ ਅਸੀਂ ਮੰਤਰੀ ਮਿਲਣ ਜਾ ਰਹੇ ਹਾਂ, ਇਹ ਵੀ ਸਾਡੇ ਨਾਲ ਚਲਾ ਗਿਆ। ਸੁਖਵਿੰਦਰ ਗਰੇਵਾਲ ਦੇ ਆਪਸ 'ਚ ਮਿਲੇ, ਅਸੀਂ ਸਿੱਧਾ ਮੰਤਰੀ, ਮੈਨੂੰ ਨਹੀਂ ਪਤਾ ਕੌਣ ਆ, ਮੰਤਰੀ ਦੀ ਕੋਠੀ ਚਲੇ ਗਏ। ਉੱਥੇ ਅਸੀਂ ਰੋਟੀ ਖਾਧੀ ਹੈ। ਰੋਟੀ ਖਾਣ ਤੋਂ ਬਾਅਦ ਸੁਖਵਿੰਦਰ ਅਤੇ ਅਮਨ ਇਹ ਬਹਿ ਰਹੇ ਇਕੱਠੇ, ਅਸੀਂ ਅਲੱਗ ਹੋ ਗਏ। ਉੱਥੋਂ ਅਸੀਂ ਵਾਪਸ ਚੁੱਪ ਕਰਕੇ ਚੰਡੀਗੜ੍ਹ ਨੂੰ ਆ ਗਏ। ਇਹ ਉੱਥੇ ਸੁਖਵਿੰਦਰ ਵੀ ਸੀਗਾ ਅਤੇ ਉਹ ਵੀ ਉੱਥੇ ਹੀ ਸੀਗਾ। ਅਸੀਂ ਵਾਪਸ ਆ ਗਏ। ਇੰਨਾ ਮੇਰਾ ਉਹਦੇ ਗੱਲ ਦਾ ਰੋਲ ਹੈ। 5 ਅਗਸਤ ਨੂੰ ਮੈਂ ਉੱਥੇ ਗਿਆ। ਅਮਨ ਨੂੰ ਮੈਂ ਪੁਰਾਣਾ ਜਾਣਦਾ ਸੀਗਾ, ਜਾਣਦਾ ਸੀ ਤਾਂ ਚਲੋ ਗਰਿਆ ਅਤੇ ਮੈਂ ਆਪਸ ਦੂਜੇ ਚੌਥੇ ਦਿਨ ਅਸੀਂ ਮਿਲਦੇ ਰਹਿੰਦੇ ਹਾਂ। ਮੇਰੇ ਸਾਰੇ ਕੇਸ ਬਾਰੇ ਹਾਲਾਤ ਬਾਰੇ ਉਹਨੂੰ ਪਤਾ ਸੀ, ਜੋ ਕਿ ਅਸੀਂ ਮੰਤਰੀ ਨੂੰ ਦੱਸਿਆ ਵੀ ਆਹ ਕੰਮ ਹੈ, ਉਹਨਾਂ ਨੇ ਅੱਗੇ MSA 'ਚ ਗੱਲ ਵੀ ਕੀਤੀ। ਆਹ ਕਹਾਣੀ ਹੈ। ਇਸ ਤੋਂ ਇਹਨੂੰ ਜੋ ਰੰਗਤ ਕੋਈ ਦੇ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕਿਰਪਾ ਕਰਕੇ ਦੋ ਹੱਥ ਬੰਨ ਕੇ ਬੇਨਤੀ ਹੈ ਕਿ ਮੇਰੇ ਖਿਲਾਫ਼ ਜੇ ਕੋਈ ਇੱਦਾਂ ਬੋਲੇਗਾ ਤਾਂ ਮੈਂ ਉਹਦੇ ਖਿਲਾਫ਼ ਕੋਰਟ 'ਚ ਜਾਊਂਗਾ। ਠੀਕ ਹੈ, ਮੇਰਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ, ਔਰ ਮੈਨੂੰ ਇਸ ਗੱਲ 'ਚ ਘੜੀਸਿਆ ਨਾ ਜਾਵੇ। ਮੈਂ ਇਹਦੀ ਪੂਰੀ ਘੋਖ ਕਰ ਰਿਹਾ, ਘੋਖ ਕਰਕੇ ਵਿਦ ਇਨ 4 ਜਾਂ 5 ਡੇਜ਼ ਮੈਂ ਉਹਦਾ ਸਾਰਾ ਤੱਥ ਕੱਢ ਕੇ ਦੱਸਾਂ।